ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ ਤੇ। ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਘਾ ਪੁਰਾਣਾ ਪੈਂਦੀ ਆ। ਬਾਈ ਕਾਕੇ ਬਰਾੜ ਦੇ ਘਰੇ ਆਏ, ਵਪਾਰ ਦਾ ਬਾਈ ਕੰਮ ਕਰਦਾ ਤੁਸੀਂ ਸਾਰੇ ਜਾਣਦੇ ਹੀ ਆ। ਬਾਘਾ ਪੁਰਾਣਾ ਅਤੇ ਮੋਦਗੀ ਵਾਲੇ ਇਸ ਏਰੀਏ 'ਚੋਂ ਮੁੱਲ ਰੇਟ ਸਾਰਿਆਂ ਨਾਲੋਂ ਕਾਕੇ ਬਰਾੜ ਦੇ ਜਾਇਜ਼ ਹੀ ਹੁੰਦੇ ਆ। ਬਾਕੀ ਡੇਲੀ ਵੀਡੀਓ ਪੈਂਦੀਆਂ ਬਾਈ ਦੀਆਂ। ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਚੰਗੀ ਮੋਹਰਾ ਨਸਲ ਦੀ ਝੋਟੀ ਹੈ ਅਤੇ 3 ਵਹਿੜਾਂ ਕਾਕੇ ਬਰਾੜ ਦੀਆਂ ਸੇਲ ਹੈ। ਝੋਟੀ ਗੱਭਣ ਕਨਫਰਮ ਚੈੱਕ ਪਾਸ ਹੈ, ਗੱਲਾਂ ਬਾਤਾਂ ਕਰ ਲੈਣੇ ਆ। ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ। ਨਾਮ ਤੇ ਐਡਰੈਸ ਦੱਸ ਜੀ। ਨਾਮ ਜੀ ਕਾਕਾ, ਪਿੰਡ ਲੱਗਣਾ ਤਹਿਸੀਲ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸ ਜੀ। 9814428932। ਝੋਨਾ ਝੋਨਾ ਲੱਗ ਗਿਆ ਕਿ ਲੱਗਣਾ? ਲੱਗੀ ਜਾਂਦਾ, ਪਰਮਾਤਮਾ ਕਿਰਪਾ ਕਰੂਗਾ ਸਾਰੇ ਭੈਣ ਭਰਾਵਾਂ ਦੇ, ਮਿਹਰਬਾਨ ਹੋਊਗਾ ਰੱਬ। ਨਹੀਂ ਪਿੰਡ ਪਿੰਡ ਆਪਾਂ ਨੂੰ ਜਾ ਕੇ ਹੋਣਾ ਕਰਨਾ ਪਊਗਾ ਚੌਲਾਂ ਦਾ ਬੱਚਿਆਂ ਵਾਸਤੇ। ਇੱਕ ਹੋਰ ਗੱਲ ਆ ਜੀ, ਵਿੱਚ ਨਾ ਪਾਪੀ ਬੰਦੇ ਬਾਹਲੇ ਵੜ ਜਾਂਦੇ ਆ। ਉਹ ਜੇ ਤਕੜੇ ਦਾ ਤੂੰ ਤਾਂ ਆ ਜਾ ਜੀ ਗਾਂ, ਜੇ ਮਾੜੇ ਦਾ ਰੌਲਾ ਇੱਥੋਂ ਹੀ ਹੈ। ਸਾਡੇ ਸੰਤ ਹੁੰਦੇ ਸੀਗੇ ਆਪਣਾ ਬਾਬਾ ਨਾਦਰ ਸਿੰਘ ਜੀ, ਸਾਰੇ ਲੋਕ ਇੱਕ ਮੂਹਰੇ ਵਿੱਚ ਲੰਘਦੇ ਸੀ। ਉਹਨੇ ਗਰੀਬ ਦੇ ਬੱਚੇ ਨੂੰ ਪਹਿਲੋਂ ਕਹਿੰਦਾ ਮੂਹਰੇ ਆ, ਇਹ ਗਰੀਬਾਂ ਵਾਸਤੇ ਅਸਲ ਜੱਗ ਹੁੰਦਾ। ਆਪਾਂ ਜਿਹੜਾ ਤਕੜੇ ਦਾ ਉਹਨੂੰ ਆਇਆ ਵੀ ਕਿਹਦਾ ਤੂੰ ਰਾਜੂ ਯਾਰ, ਉਹ ਰਾਜੂ ਨੰਬਰ ਦਾ ਮੁੰਡਾ, ਲੈ ਆ ਜਾ ਮੇਰਾ ਪੁੱਤ ਬਹਿ, ਤੂੰ ਕਿਹਦਾ, ਮੈਂ ਜੀ ਤੁਹਾਡੇ ਘੁੱਲੇ ਦਾ ਮੁੰਡਾ ਮਾਰੀ ਸਕਦਾ ਚੱਲ ਸਾਰਾ ਨਾ ਵੀ ਘੁੱਲੇ ਦਾ ਘੁੱਲੇ ਦੇ ਚੱਲ ਚੱਲ ਉੱਥੋਂ ਦੱਸ ਉਹਦਾ ਫਿਰ ਅੰਦਰ ਮਾਰ ਪੁੱਛੇ ਜਾਂਦਾ ਮੀਂਹ ਉਹ ਜਿਹਾ ਭਾਲਦੇ ਇਹ ਜਾ ਕੇ ਗਰੀਬ ਗਰੀਬ ਵਿਆਸਤੇ ਹੁੰਦਾ ਜੱਗ ਕਿ ਰੋਟੀ ਖੋਣੀ ਕਿਹਨੂੰ ਕੋ ਪਲ ਕੇ ਸੂਟ ਦੇਣਾ ਲੀੜੇ ਦੇਣੇ ਜੁੱਤੀ ਜੋੜਾ ਇਹਨਾਂ ਵਾਸਤੇ ਹੁੰਦਾ ਇਹ ਤਕੜੇ ਦਾ ਹਰੇਕ ਹੀ ਜਾਊ ਬਾਈ ਉਹੀ ਗੱਲ ਫਿਰ ਵੀ ਨਾ ਆਪਣੇ ਹੁਣ ਸਿਸਟਮ ਹਾਲਤ ਚੱਲ ਪਿਆ ਬੰਦਾ ਮਾੜਾ ਜਾਣਨਾ ਚਾਹੀਦਾ ਜਿਹੜਾ ਆਮ ਤੇ ਮੇਲ ਬੰਦਾ ਉਹਦੇ ਨਾਲ ਵਰਤੋ ਉਹ ਬੰਦਾ ਨਾਲ ਖੜੂਗਾ ਸਹੀ ਰਹੂਗਾ ਤਕੜੇ ਦਾ ਕਹਿੰਦਾ ਮੇਰੇ ਕੋਲ ਤਾਂ ਹੈਗਾ ਸਾਰਾ ਕੁਝ ਆਪਾਂ ਕੀ ਲੈਣਾ ਤੂੰ ਉਹ ਤਾਂ ਆਪਦੀ ਮੈਚ ਹੀ ਕਰਿਆ ਕਰਦਾ ਕਈ ਬੰਦਿਆਂ ਦੇ ਤਕੜੇ ਦੇ ਹੋ ਜਾ ਦੁੱਧ ਬਣਾਉਣ ਨਹੀਂ ਆਉਂਦਾ ਕੋਈ ਇਹ ਤਾਂ ਗੱਲ ਹੈਗੀ ਆ ਫਿਰ ਡਰਮ ਖਾਲੀ ਖੜਕਦੇ ਆ ਭੁਲੇਖਾ ਹੀ ਆ ਹੁਣ ਬਹੁਤ ਦਿਸੀ ਜਾਂਦਾ ਹੁਣ ਲੋਕ ਉਹ ਜਿਹੜੇ ਕਿ ਅਗਲਾ ਜਾ ਤਕੜਾ ਦੁੱਧ ਘਰੇ ਹੋਗਾ ਤੇ ਤੁਹਾਨੂੰ ਕੀ ਲੈਣਾ ਕੀ ਇਹ ਤੋਂ ਟਿੰਡੀਆਂ ਲੈ ਆ ਸਰਦਾਰ ਆ ਘਰੇ ਹਾਂ ਜਿਹੜਾ ਰੋਟੀ ਖਾਂਦਾ ਸਰਦਾਰ ਹੀ ਆ ਬਈ ਸਰਦਾਰ ਹੀ ਜਿਹੜਾ ਰੱਜ ਕੇ ਸੌਂਦਾ ਹਾਂਜੀ ਹਾਂ ਜਿਹੜਾ ਰੱਜ ਕੇ ਸੌਂਦਾ ਹਾਂ ਇਹਦੀਆਂ ਗੱਲਾਂ ਬਾਤਾਂ ਮੈਂ ਕਰਦਾ ਹੁੰਦਾ ਮੇਰਾ ਜੀ ਕਰਦਾ ਹੁੰਦਾ ਵੀ ਭੈਣ ਭਰਾਵਾਂ ਨੂੰ ਗੱਲਾਂ ਬਾਤਾਂ ਇਹਦੀਆਂ ਕਰਕੇ ਸੁਣਾਵਾਂ ਆ ਨਹੀਂ ਸਹੀ ਆ ਪੁੰਨ ਦਾਨ ਹੋਊਗਾ ਫਿਰ ਸੱਚ ਬੋਲਣਾ ਬਈ ਜਨਨ ਕੇ ਜ਼ਿੰਦਗੀ ਹਾਂ ਚਾਹੀਦੇ ਸੱਚ ਰੱਬ ਨੂੰ ਲੇਖਾ ਦੇਣਾ ਤਾਂ ਜਾ ਕੇ ਤੇ ਜੇ ਕੋਈ ਚੁੱਕਾ ਸਭ ਨੂੰ ਦੇਣਾ ਪਊਗਾ ਜਿਹੜਾ ਬੇਈਮਾਨ ਉਹਨੂੰ ਵੀ ਹਾਂ ਤੇ ਦੂਜੇ ਨੇ ਵੀ ਹਾਂ ਠੀਕ ਹੈ ਜੀ ਹਾਂ ਚੱਕਰ ਇਹ ਆ ਵੀ ਮਤਲਬ ਕਿ ਇਹੀ ਗੱਲਾਂ ਸੋਚਣਗੀਆਂ ਹੁੰਦੀਆਂ ਅੱਜ ਤਾਂ ਗਰੀਬ ਦੇ ਨਾਲ ਖੜੇ ਗਰੀਬ ਦੇ ਨਾਲ ਖੜਾਂਗੇ ਸਹੀ ਗੱਲ ਸਾਡੀ ਮਤਲਬ ਦਿਲੋਂ ਹਮਦਰਦੀ ਹੈ ਗਰੀਬ ਦੇ ਨਾਲ ਖੜਦੇ ਰੱਬ ਆਪ ਨਾਲ ਖੜਦਾ ਆਪ ਜਾਂਦਾ ਬਈ ਨਾ ਪਤਾ ਗਰੀਬ ਦੇ ਨਾਲ ਖੜਦੇ ਹਰ ਵਕਤ ਪਹਿਲੋਂ ਤੋਂ ਪਿੰਡ ਦੇ ਰਿਕਾਰਡ ਇੱਕ ਪਾਸੋਂ ਲੱਗ ਜੇਗਾ ਕਿ ਬੈਠ ਤੋਂ ਸ਼ੁਰੂ ਕਰ ਲਓ ਆਏ ਤੋਂ ਲੱਗ ਪੋ ਕਿੰਨਾ ਸੂਆ ਬਿਲਕੁਲ ਇਹ ਤੀਜੇ ਸੂਏ ਸੁਣਦੀ ਆ ਬਈ ਉਹ ਦੂਜੇ ਕਹਿ ਕੇ ਦਿੱਤੀ ਘਰ ਦਿਆਂ ਨੇ ਲੈ ਠੀਕ ਹੈ ਹਾਂਜੀ ਆ ਲਓ ਜੀ ਆ ਲੈ ਬਰਾੜਾ ਕਿੰਨਾ ਕਿ ਦੁੱਧ ਪਿਆ ਜੂ ਬਾਈ ਜੀ ਦੁੱਧ ਘਰ ਦਿਆਂ ਨੇ ਕਿਹਾ 17 ਕਿਲੋ ਤੇ ਪਰ ਮੈਂ 14 ਕਿਲੋ ਮੈਂ ਕਹੂੰਗਾ ਠੀਕ ਹੈ 17 ਕਿਲੋ ਘਰ ਦਿਆਂ ਨੇ ਕਿਹਾ ਪਰ 14 ਕਿਲੋ ਮੈਂ ਤੈਨੂੰ ਗਾਰੰਟੀ ਦਵਾਂ ਲੈ ਦਿਨ ਕਿੰਨੇ ਲੈ ਜੂ ਦਿਨ ਬਈ ਅੱਜ ਦੇ ਦਿਨ ਪੂਰੇ ਆ ਜਾਇਜ਼ ਜਾਂ ਮੁੱਲ ਮੁੱਲ ਬਈ ਦਾ 40,000 ਰੁਪਏ ਦੀ ਆਪਣੀ ਹਾਨ ਹੈ ਮੇਰੀ ਗਰੰਟੀ ਹੈ ਦੇਣ ਬਾਈ ਦੱਸਦਾ ਅੱਜ ਪੂਰੇ ਹੋ ਗਏ ਆ ਦੁੱਧ ਵੀ ਮੱਝਾਂ ਰਗਾਊ ਜਮਾਂ ਚਿੱਟਾ ਹੋ ਸਕਦਾ ਸ਼ਾਮ ਨੂੰ ਸੂਪੇ ਹੋ ਸਕਦਾ ਘੰਟੇ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਥਣ ਚਾਰ ਹੀ ਆ ਮੁੱਠੀ ਵਾਲੇ ਹੱਥੀ ਚਵਾਈ ਵਾਲੇ ਥਾਣ ਹੈ ਬਾਕੀ ਹਵਾਨਾ ਸੋਹਣਾ ਵੱਡਾ ਹਵਾਨੇ ਦੀ ਤਿਆਰੀ ਬਹੁਤ ਆ 14-15 ਕਿਲੋ ਦੁੱਧ ਆ ਨੋਰਮਲੀ ਚਵਾਉਣ ਦਾ ਹੱਕ ਬਣਦਾ ਪਰ ਜੀ ਤੋਂ ਲਈ ਆ ਕਾਕਾ ਬਰਾੜ ਕਹਿੰਦਾ
ਉਹ ਕਹਿੰਦੇ 17 ਕਿਲੋ ਦੁੱਧ ਇਹਦੇ ਥੱਲੋਂ ਅਸੀਂ ਚੋਇਆ ਹੈ। ਮੱਝ ਵਰਗਾ ਦੁੱਧ ਮੁੱਲ ਕਿੰਨਾ ਬਰਾੜਾ? 40,000 ਦੀ ਕਾਕਾ ਬਰਾੜ ਕਹਿੰਦਾ ਹਾਂ ਨਾ। 14-15 ਕਿਲੋ ਦੁੱਧ ਹੋਵੇ ਕੰਡੇ ਵਾਲਾ ਤੇ ਮੱਝ ਕੋਈ 1.25 ਲੱਖ ਤੋਂ ਘੱਟ ਦਿੰਦਾ ਨੀ ਗਾ, ਤੇ ਮੱਝ ਵਰਗਾ ਦੁੱਧ ਹੋਣਾ ਜਮਾਂ ਚਿੱਟਾ 40,000 ਦੀ ਦੇ ਦੇਣੀ ਆ। ਕਾਕੇ ਬਰਾੜ ਦੇ ਮੁੱਲ ਜਾਇਜ਼ ਹੀ ਹੁੰਦੇ ਆ, ਤਾਂ ਕਰਕੇ ਡੇਲੀ ਬਹੁਤ ਪਸ਼ੂ ਆਉਂਦੇ ਇਸ ਘਰੇ, ਸੇਲ ਹੋ ਕੇ ਜਾਂਦੇ ਆ। 2 ਨੰਬਰ ਤੇ ਆ ਜਾਈਏ ਜੱਟਾ, ਕਹਿਣ ਵਾਸੂ ਇੱਥੋਂ ਪਹਿਲਾਂ 3 ਪਸ਼ੂ ਦੇਤੇ ਆ। ਠੀਕ ਹੈ, ਹਾਂਜੀ, ਚਲੋ ਵਧੀਆ ਗੱਲ ਹੈ। 2 ਨੰਬਰ ਤੇ ਆ ਜਾਈਏ, ਲਾਉਂਗੀ ਗੱਡੀ ਆ ਜੀ। ਦੂਜਾ ਆਪਣਾ ਜਿਵੇਂ ਕਹਿ ਦਈਏ ਨੂੰ ਭੁੱਖ ਕਹਿ ਦੋ ਨੂੰ ਦੰਦਾਂ ਦੇ ਵਿੱਚ ਆਏ। ਠੀਕ ਹੈ, ਹਾਂ, ਕਿੰਨੇ ਜਲਦੀ ਕੱਢਣਾ? ਹਰਿਆਣੇ ਦੀ ਮੈਂ ਆ, ਝੋਟੀ ਆ, ਮਗਰ ਅਸੀਂ ਮੈਂ ਦੇ। ਠੀਕ ਹੈ, ਇਸ ਤਰ੍ਹਾਂ ਤੋਂ ਲਈ ਇਹਨੇ ਵੀ ਕਾਹ ਦੀ ਕਾਹ ਲਈ ਆ, ਮੈਂ ਦੂਜੇ ਦੂਜੇ ਸਾਂ ਲਈ ਆ। ਕਿੰਨੇ ਦੀ ਜਾਇਜ਼ ਆ ਮੁੱਲ? 62,000 ਰੁਪਏ। ਠੀਕ ਹੈ, ਤੋਰ ਕੇ ਵਿਖਾ ਦਿੰਦੇ ਹਾਂ। ਸਾਊ ਸੀਲ ਬਾਈ ਕਹਿੰਦਾ ਬਹੁਤ ਹੈ, 62,000 ਦੀ ਬਾਈ ਕਹਿੰਦਾ ਮੈਂ ਦੇ ਦੇਣੀ ਹੈ। ਸੀਲ ਸਾਊ ਬਾਈ ਕਹਿੰਦਾ ਪੂਰੀ ਆ, 6 ਮਹੀਨਿਆਂ ਤੋਂ ਕੁਛ ਦਿਨ ਗੱਭਣ ਘੱਟ, ਚੈੱਕ ਪਾਸ ਹੈ। ਆਹ ਤੁਸੀਂ ਵੇਖ ਸਕਦੇ ਆ, ਥਣ 4 ਹੀ ਆ। ਮੈਂ ਕਿਹਾ ਪੋਲੀ ਧਾਰ ਪੂਰਾ ਪੂਰਾ ਕੀ ਪਾਉਣਾ, ਗੁੱਡ ਮੋਟੇ ਥਾਣਾ, ਕੋਈ ਫੋੜ ਛਾਂਗ ਨਹੀਂ। ਮੁੱਲ 62,000, ਕੋਈ ਮਾਨ ਤਾਣ ਹੋ ਜੂ ਬਾਈ ਜੀ? ਅੱਜ 62,000, 1.25 ਲੱਖ, 1.5 ਲੱਖ ਦੀ ਝੁੱਟੀ ਆ ਤਿਆਰ ਹੋਈ। ਠੀਕ ਹੈ, ਜਿਸਨੂੰ ਹੋਣੀ ਹੈ ਤਿਆਰ ਪਹੁੰਚਦਾ, ਕਿਹੜਾ ਮਿਲਦੇ, ਮੱਝਾਂ ਮਿਲਦੀਆਂ, ਝੁੱਟੀਆਂ ਮਿਲਦੀਆਂ। ਝੋਟੀ ਵੱਡੀ ਵੱਡੀ ਬਹੁਤ ਹੈ ਹਰਿਆਣੇ ਦੀ ਬਾਈ, ਕਹਿੰਦਾ ਝੋਟੀ ਆ, ਕੱਦ ਵੱਡਾ ਹੀ ਆ, ਵਜਨ ਬਹੁਤ ਆ, ਤੇ ਸਨੱਖੀ ਵੀ ਪੂਰੀ ਆ, ਕੋਈ ਦਾਤੀ ਸਿੰਘੀ ਜੀ ਨਹੀਂ, ਕੁੰਡਾ ਸਿੰਘ ਆ। ਮੋੜ ਲਾ ਬਾਈ, 62,000 ਦੀ ਦੇ ਦੇਣੀ ਹੈ ਬਾਈ ਕਹਿੰਦਾ, ਜਿੱਦਣ ਤਿਆਰ ਹੋ ਜਾਂਦੀ ਬਾਈ ਕਹਿੰਦਾ 1.25 ਲੱਖ ਦੀ ਆ, ਅਤੇ ਮੱਝਾਂ ਤੁਹਾਨੂੰ ਪਤਾ ਹੀ ਆ ਮਹਿੰਗੀਆਂ ਹੈਗੀਆਂ, ਇਹ 'ਚ ਕੋਈ ਸ਼ੱਕ ਵੀ ਨਹੀਂ। ਝੋਟੀ ਸੋਹਣੀ ਆ, ਬਾਕੀ ਕੱਦ ਕਾਠ ਤੁਸੀਂ ਸਕਰੀਨ 'ਤੇ ਵੇਖ ਹੀ ਰਹੇ ਹਾਂ। ਜਿਹਦੇ ਪਸੰਦ ਆਊਗੀ ਅਗਲਾ ਆਪਦਾ ਡਾਕਟਰ ਲਿਆਵੇ, ਚੈੱਕ ਕਰਾ ਕੇ ਲੈ ਜੇ। 62,000 ਚੋਂ ਬਾਈ ਕਹਿੰਦਾ ਮਾਨ ਤਾਣ ਕਰ ਦੂੰਗਾ, ਗੱਬਣ ਚੈੱਕ ਪਾਸ ਹੈ, 6 ਮਹੀਨਿਆਂ ਤੋਂ ਕੋਈ ਕੁਛ ਕੁ ਦਿਨ ਘੱਟ ਹੈ, ਵੱਡੀ ਵੱਡੀ ਬਹੁਤ ਹੈ, 1.25 ਲੱਖ ਦੀ ਹੈ ਬਾਈ ਕਹਿੰਦਾ, ਜਿੱਦਣ ਤਿਆਰ ਹੋ ਜਾਂਦੀ ਹੈ। ਕਹਿਣਾ ਸੂ ਅੰਦਰੋਂ ਮੋੜਲੀ ਬਾਹਰ ਨਾਲ ਆਈ, ਠੰਡ ਸੋਹਣੇ ਆ, 4 ਹੀ ਆ। ਮੁੱਲ ਬਰਾੜਾ ਇਹਦਾ ਜਾਇਜ਼ ਆ? ਮੁੱਲ 30,000 ਰੁਪਇਆ ਜੀ। 30,000 ਦੀ ਦੇ ਦੇਣੀ ਆ। ਠੀਕ ਹੈ, ਠੀਕ ਹੈ। ਕਾਕਾ ਬਰਾੜ ਕਹਿੰਦਾ ਜੇ ਹੋਰ ਕਿਸੇ ਭੈਣ ਭਰਾ ਕੋਲੇ ਵੀ ਹੈਗੀਆਂ ਇਹੋ ਜਿਹੀਆਂ ਵੱਛਣੀਆਂ ਪਹਿਲਣਾ, 30,000 ਦੀਆਂ ਮੈਨੂੰ ਜਿੰਨੀਆਂ ਮਰਜ਼ੀ ਭੇਜ ਦਿਓ, ਨਗਦ ਪੈਸੇ ਕੋਈ ਧਾਰ ਨਹੀਂ। ਪਰਸੋਂ ਦਿਨ ਪੂਰੇ ਹੁੰਦੇ ਆ, 9-10 ਕਿਲੋ ਦੁੱਧ ਪਿਆ ਜੂ, 29-30,000 ਦਾ ਆਉਂਦਾ ਵੀ ਕੀ ਆ, ਬਾਕੀ ਫਿਰ ਗੱਲ ਉੱਥੇ ਹੀ ਆ ਜਾਂਦੀ ਆ। ਪਹਿਲਣ ਵੱਛੀ ਆ, ਗੱਬਣ ਆ, ਚੈੱਕ ਪਾਸ ਹੈ, ਸੂਨ ਨੂੰ ਤਿਆਰ ਹੈ। ਪਰਸੋਂ ਸੂ ਪੈਣਾ ਕਰਮ ਵਾਲੀ ਨੇ, ਪਰਸੋਂ ਦਿਨ ਪੂਰੇ ਹੁੰਦੇ ਆ, ਤੇ ਕੋਈ ਇੱਕ ਦਿਨ ਪਹਿਲਾਂ ਵੀ ਸੂ ਸਕਦੀ ਆ, ਗਰਮੀ ਆ, ਗਰਮੀ ਬੜੀ, 2-3 ਦਿਨ ਉੱਤੇ ਵੀ ਆਉਂਦੀ ਆ, ਜਦੋਂ ਦਿਨ ਬਣਦੀ ਤੁਰ ਜਾਂਦਾ ਸਿਰ। ਲਾਸਟ ਬਾਰੇ, ਲਾਸਟ ਬਾਰੇ ਜੀ ਆਪਾਂ ਮਤਲਬ ਕਿ ਠੰਡੀ ਸੀਲ ਬਥੇਰੀ ਆ, ਦੁੱਧ ਦੇ ਦੂਗੀ,
12 ਕਿਲੋ 11 ਕਿਲੋ ਇਹਦੇ ਦਿਨ ਕੇ ਦਿਨ ਪੂਰੇ ਹੁੰਦੇ ਇਹਦੇ ਦਿਨ ਹੁੰਦੇ ਆ ਬਾਈ ਜੀ 27 ਦਿਨ ਨੂੰ ਦਿਨ ਪੂਰੇ ਦੇ ਜਾਇਜ਼ ਜਾ ਮੱਲ ਮੋੜਲਾ ਬਾਈ ਥਾਣੇ ਇਹਦੇ ਵੀ ਸੋਹਣੇ ਆ ਕੱਲ ਨੂੰ ਦਿਨ ਪੂਰੇ ਹੁੰਦੇ ਅੱਜ 26 ਤਰੀਕ ਹੈ 27,000 ਦੀ 4 ਨੰਬਰ ਦੇ ਦੇਣੀ ਆ ਇੱਕ ਨੰਬਰ 'ਤੇ ਤੁਹਾਨੂੰ ਕ੍ਰੋਸ ਐਂਗ ਦੀ ਵੱਡੀ ਵੈਡ ਵਿਖਾਈ ਆ 2 ਨੰਬਰ 'ਤੇ ਮੋਹਰਾ ਨਸਲ ਦੀ ਝੋਟੀ 3 ਨੰਬਰ 'ਤੇ ਪਹਿਲਣ ਮੱਛੀ 4 ਨੰਬਰ ਤੁਸੀਂ ਸਕਰੀਨ 'ਤੇ ਵੇਖ ਰਹੇ ਆ ਐਦੂ ਘੱਟ ਮੁੱਲ 'ਚ ਤੁਹਾਨੂੰ ਵੀ ਪਤਾ ਵੈੜਾਂ ਦਿੰਦਾ ਵੀ ਕੌਣ ਭੈਣ ਭਰਾ 4 ਹੀ ਥਾਣ ਆ ਫੂਡ ਸ਼ੰਕ ਭੂਰਾ ਆਪਣੀ ਬਿਲਕੁਲ ਸਸਤੇ ਮੁੱਲ ਦੇ 4 ਪਸ਼ੂ 3 ਵੈੜਾਂ 1 ਝੋਟੀ 62,000 ਦੀ ਝੋਟੀ ਦੇ ਦੇਣੀ ਹੈ ਤਿਆਰ ਹੋਈ 1.25 ਲੱਖ ਦੀ ਹੈ ਅਤੇ ਆਹ ਵੱਛੀ 27,000 ਦੀ ਦੇ ਦੇਣੀ ਹੈ 11-12 ਕਿਲੋ ਦੁੱਧ ਪਿਆ ਜੂ 26-27,000 ਦਾ ਆਉਂਦਾ ਵੀ ਕੀ ਆ ਆਹ ਝੋਟੀ ਬਾਈ ਕਹਿੰਦਾ ਦੂਰੀ ਵਾਰੀ ਵਿਖਾ ਦਿਓ 6 ਮਹੀਨਿਆਂ ਤੋਂ ਕੁਛ ਦਿਨ ਘੱਟ ਗੱਭਣ ਚੈੱਕ ਪਾਸ ਹੈ ਮਾਨਤਾਨ ਹੋਜੂ ਕੱਦ ਵੱਡਾ ਹੀ ਵਜਨ ਬਹੁਤ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।